ਇਸ ਇਸ਼ੂ ਤੋਂ ਪਹਿਲੇ ਕੋਈ ਨੈਟ ਦਾ ਮਸਲਾ ਸੀ? ਦਰਅਸਲ ਗੱਲ ਇਹ ਕਿ ਪੰਜਾਬੀ ਦਾ ਮਸਲਾ ਜਿਹੜਾ ਨਾ ਮੁਕਬਲਾ ਅੱਜ ਦਾ ਨਹੀਂ ਹੈ, ਇਹ ਸਦੀਆਂ ਦਾ, ਬਲਕਿ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ ਇਹਦਾ ਮਸਲਾ ਬਜਾਏ ਕਿ ਠੀਕ ਹੁੰਦੇ ਜਦੋਂ ਪਾਕਿਸਤਾਨ ਬਣ ਗਿਆ ਸੀ ਤਾਂ ਸਾਡੇ ਬਾਦਸ਼ਾਹ ਬੁੱਲੇ ਸ਼ਾਹ ਚਾਹ ਸਨ, ਬਾਬਾ ਫਰੀਦ ਦੀ ਜ਼ਬਾਨ ਨੂੰ ਤਰੱਕੀ ਦਿੱਤੀ ਜਾਂਦੀ, ਅਸੀਂ ਸੁਣਿਆ ਤਾਂ ਸੀ, ਲੇਕਿਨ ਸਰਕਾਰੀ ਤਬਕੇ ਨੇ ਉਦੋਂ ਹੀ ਪੰਜਾਬੀ ਨਾਲ ਜ਼ਿਆਦਤੀ ਸ਼ੁਰੂ ਕਰ ਦਿੱਤੀ ਮੁੱਢ ਤੋਂ, ਲਿਹਾਜ਼ਾ ਉਹ ਜ਼ਿਆਦਤੀ ਹੁੰਦੀ ਇੱਥੋਂ ਤੱਕ ਆ ਗਈ ਕਿ ਪੰਜਾਬੀ ਜ਼ਬਾਨ ਜਿਹੜੀ ਕਿ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ ਸਾਂ ਸਾਡੇ 'ਤੇ ਪੰਜਾਬੀ ਬੋਲਣ 'ਤੇ ਕੋਈ ਪਾਬੰਦੀ ਨਹੀਂ ਸੀ, ਲੇਕਿਨ ਮੀਡੀਆ ਨੇ ਜਦੋਂ ਦਾ ਪਾਕਿਸਤਾਨ 'ਚ ਆਇਆ ਉਦੋਂ ਦਾ ਸਕੂਲਾਂ ਕਾਲਜਾਂ ਦੇ ਵਿੱਚ ਮਾਪਿਆਂ ਨੇ ਬਲਕਿ ਸਰਕਾਰੀ ਸਤਾ 'ਤੇ ਅੰਡਰਗਰਾਊਂਡ ਵਧੀਆ ਤੌਰ 'ਤੇ ਇਹ ਲੋਕਾਂ ਨੂੰ ਕਿਹਾ ਗਿਆ ਕਿ ਪੰਜਾਬੀ 'ਤੇ ਪਾਬੰਦੀ ਲਾਓ ਤਾਂ ਕਿ ਸਕੂਲਾਂ 'ਚ ਪੰਜਾਬੀ ਨਾ ਬੋਲੀ ਜਾਏ, ਲਿਹਾਜ਼ਾ ਇਹ ਪੰਜਾਬੀ ਨਹੀਂ ਰੁਕਣੀ, ਇਹ ਸਾਡੀ ਮਾਂ ਬੋਲੀ ਹੈ। ਔਰ ਆਏ ਦਿਨ ਜਿਹੜੀ ਹਕੂਮਤ ਵੱਲੋਂ ਵੀ ਕੋਈ ਇਹਦੇ ਵੱਲੇ ਛੋਟੀ ਮੋਟੀ ਬਜਾਏ ਕਿ ਸਾਡਾ ਆਪਣੀ ਜ਼ਬਾਨ ਸਮਝ ਕੇ ਇਹਦੀ ਹਮਾਇਤ ਕਰਦੇ, ਇਹਦੀ ਤਰੱਕੀ ਵਾਸਤੇ, ਇਹਦੇ ਫਰੋਗ ਵਾਸਤੇ ਸਾਡੇ ਨਾਲ ਕੋਈ ਤਾਮਨ ਕਰਦੇ ਇਸ ਜ਼ਬਾਨ ਦੇ ਬਾਰੇ 'ਚ, ਲੇਕਿਨ ਅਫਸੋਸ, ਸਾਨੂੰ ਇਹ ਅਫਸੋਸ ਹੈ ਕਿ ਸਾਡੀ ਮਾਂ ਬੋਲੀ ਨਾ ਕਿਉਂ, ਸਿੰਧੀ, ਬਲੋਚੀ, ਪਸ਼ਤੋ ਨਾਲ ਕਿਉਂ ਨਹੀਂ ਇਸ ਤਰ੍ਹਾਂ ਹੁੰਦਾ ਜੋ ਸਾਡੇ ਨਾਲ ਹੋ ਰਿਹਾ। ਲਿਹਾਜ਼ਾ ਅਸੀਂ ਇਤਜਾਜ ਕਰਾਂਗੇ, ਅੱਜ ਵੀ ਕਰਾਂਗੇ, ਕੱਲ੍ਹ ਵੀ ਕਰਾਂਗੇ, ਔਰ ਜਦੋਂ ਤੱਕ ਸਕੂਲਾਂ ਦੇ ਵਿੱਚ ਪ੍ਰਾਇਮਰੀ ਤੋਂ ਇਹ ਨਾ ਲਾਈ ਗਈ ਇਹ ਸਾਡਾ ਇਤਜਾਜ ਹੁੰਦਾ ਰਹੇਗਾ, ਔਰ ਸਾਨੂੰ ਜਦ ਤੱਕ ਹੱਕ ਨਾ ਮਿਲਿਆ ਅਸੀਂ ਇਹ ਇਤਜਾਜ ਕਰਦੇ ਰਹਾਂਗੇ ਔਰ ਵੱਧਦੇ ਰਹਾਂਗੇ। ਬੜੀ ਸੋਹਣੀ ਗੱਲ ਬਾਬਾ ਜੀ।